ਸਤਿ ਸ਼੍ਰੀ ਅਕਾਲ ਬਾਈ, ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ? ਠੀਕ ਠਾਕ ਹੋ? ਹੋਰ ਸਾਰਿਆਂ ਦੇ ਮਾਲ ਪਸ਼ੂ ਵਧੀਆ? ਅਤੇ ਅੱਜ ਦੀ ਬਾਈ ਜਿਹੜੀ ਵੀਡੀਓ ਹੈ ਨਾ, ਇਹ ਇੱਕ ਮੌਸਮ ਦੇ ਹਿਸਾਬ ਨਾਲ ਹੈ ਨਾ ਜ਼ਰੂਰੀ ਹੈ। ਜਿਵੇਂ ਕਿ ਪਸ਼ੂਆਂ ਦੇ ਠੰਡ ਦੀ ਗੱਲ ਜੇ ਆਪਾਂ ਕਰੀਏ, ਹੈ ਨਾ, ਆਹ ਦੇਖੋ ਥੱਲੇ ਨਾ ਜਿਹੜੀ ਸੁੱਕਾ ਸੁੱਕਾ ਆਪਾਂ ਕਹਿ ਦਿੰਦੇ ਹੈਗੇ, ਕਈ ਵੀ ਸੁੱਟਦੇ ਨਹੀਂ ਇਹ, ਪਰ ਇਹਦੀ ਮਹੱਤਤਾ ਆਪਾਂ ਦੱਸਦੇ ਹਾਂ ਵੀ ਇਹ ਬਹੁਤ ਜ਼ਰੂਰੀ ਹੈ। ਆਹ ਦੇਖੋ ਇੰਨੀ ਇੰਨੀ ਸੁੱਕ ਸੁੱਟੀ ਹੋਈ ਹੈ ਨਾ ਕਾਫੀ, ਅਤੇ ਆਹ ਦੇਖੋ ਪਸ਼ੂ ਆਰਾਮ ਨਾਲ ਬੈਠੇ ਹੈ, ਪੂਰਾ ਠੰਡ ਨਹੀਂ ਮੰਨ ਰਹੇ, ਨਾਲੇ ਹਾਲਾਂਕਿ ਠੰਡ ਬਹੁਤ ਜ਼ਿਆਦਾ ਹੈ ਪਰ ਮੰਨ ਨਹੀਂ ਰਹੇ ਕਿਉਂਕਿ ਥੱਲੇ ਸੁੱਕ ਹੈ। ਠੀਕ ਹੈ, ਤਾਂ ਹਾਂ ਜਦੋਂ ਛੱਤ ਹੁੰਦੀ ਹੈ, ਇੱਕ ਤਾਂ ਛੱਤ ਹੋਣੀ ਬਹੁਤ ਜ਼ਰੂਰੀ ਹੈ ਪਸ਼ੂਆਂ ਦੀ। ਇਹ ਨਹੀਂ ਹੈ ਵੀ ਆਪਾਂ ਲੇਟ ਅੰਦਰ ਕਰਦੇ, ਹੈ ਨਾ, ਵੀ ਚਲੋ ਹੁੰਦੇ ਤਾਂ ਸਾਰਿਆਂ ਦੇ ਅੰਦਰ ਹੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ। ਕਈ ਭਰਾ ਕਹਿਣਗੇ ਵੀ ਇਹ 'ਚ ਕੀ ਖਾਸ ਗੱਲ ਆ, ਹੈ ਨਾ, ਵੀ ਸਾਰਿਆਂ ਦੇ ਅੰਦਰ ਹੁੰਦੇ ਹੈਗੇ ਅਤੇ ਵੀ ਛੱਤ ਸਾਰਿਆਂ ਦੇ ਤਾਂ ਹੁੰਦੀ ਹੁੰਦੀ ਹੈ, ਪਰ ਕਈ ਆਪਾਂ ਇੱਕ ਟੈਕਨੀਕਲ ਜੇ ਆਪਾਂ ਚੀਜ਼ ਨੂੰ ਸੋਚੀਏ ਨਾ, ਵੀ ਤਾਹਾਂ ਤੋਂ ਠੰਡ ਲੱਗਦੀ ਹੁੰਦੀ ਹੈ ਜਾਨਵਰ ਨੂੰ, ਕਦੇ ਵੀ ਦੇਖ ਲਿਓ। ਠੀਕ ਹੈ, ਅਤੇ ਜਾਂ ਥੱਲਿਓਂ ਲੱਗਦੀ ਹੁੰਦੀ ਹੈ, ਅਤੇ ਪਾਸੇ ਪਾਸੇ ਤੋਂ ਜੇ ਮਾੜਾ ਮੋਟਾ ਖੁੱਲ੍ਹਾ ਰਹਿ ਜੂਗਾ, ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ। ਜਿਵੇਂ ਦੇਖੋ ਆਪਾਂ ਬਾਰ ਦੇ ਵਿੱਚ ਹਜੇ ਤੱਕ ਪੱਲੀ ਨਹੀਂ ਲਾਈ, ਅਤੇ ਠੰਡ ਬਹੁਤ ਹੈ, ਮੀਂਹ ਦਾ ਕਰਕੇ, ਹੈ ਨਾ, ਮੌਸਮ ਦਾ ਕਰਕੇ ਹੈਗੀ ਹੈ ਠੰਡ। ਅਤੇ ਹੁਣ ਥੋੜ੍ਹੇ ਜਾਨਵਰ ਕਰਕੇ ਤਾਂ ਹਾਂ ਗਾਹਾਂ ਥੋੜ੍ਹਾ ਜਿਹਾ, ਇੱਕ ਤਾਂ ਜ਼ਿਆਦਾ ਜਾਨਵਰਾਂ ਦੇ ਵਿੱਚ ਤਾਂ ਨਿਗਾਸ ਆਪ ਹੀ ਬਣ ਜਾਂਦੀ ਹੈ, ਅਤੇ ਕੁਛ ਜਦੋਂ ਥੱਲੇ ਸੁੱਕ ਪਈ ਹੋਊਗੀ ਇਹਦੀ ਨਿਗਾਸ ਜਿਹੜੀ ਉਹ ਦੁੱਗਣੀ ਬਣ ਜਾਂਦੀ ਹੈ। ਠੀਕ ਹੈ, ਡਬਲ ਕੰਮ ਹੋ ਜਾਂਦਾ ਹੈਗਾ, ਪਸ਼ੂ ਆਟੋਮੈਟਿਕ ਨਿੱਘਾ ਹੋ ਜਾਂਦਾ ਹੈਗਾ। ਇੱਕ ਮੌਕੇ ਪਿਸ਼ਾਬ ਕਰਦਾ ਪਸ਼ੂ, ਉਹਦੇ ਨਾਲ ਚਿੱਕੜ ਨਹੀਂ ਹੁੰਦਾ, ਗਿੱਲਾ ਨਹੀਂ ਹੁੰਦਾ, ਉਹ ਸਾਰਾ ਥੱਲੇ ਜਾਊਗਾ, ਪਰ ਉਹਦੇ ਨਾਲ ਜ਼ਿਆਦਾ ਗਿੱਲਾ ਨਹੀਂ ਥਾਂ ਹੁੰਦਾ, ਸੁੱਕੇ ਦਾ ਸੁੱਕਾ ਰਹੂਗਾ, ਫਿਰ ਉਹਦੀ ਵੀ ਨਿਗਾਸ ਬਣ ਜਾਂਦੀ ਹੈ, ਉਹ ਠੰਡਾ ਨਹੀਂ ਹੁੰਦਾ। ਜੇ ਪਿਸ਼ਾਬ ਪਸ਼ੂ ਕਰਦਾ ਮਿੱਟੀ ਦੇ ਉੱਤੇ ਤਾਂ ਉਹ ਠਰ ਜਾਂਦਾ, ਠੰਡਾ ਹੋ ਜਾਂਦਾ, ਪਰ ਜੇ ਸੁੱਕ ਦੇ ਉੱਤੇ ਕਰੂਗਾ ਤਾਂ ਉਹ ਨਿੱਘਾ ਹੋ ਜਾਣਾ ਉਸਨੇ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਇਹ ਡੂੰਘੀ ਗੱਲ ਹੈ ਥੋੜ੍ਹੀ ਜੀ, ਅਤੇ ਵਾਧੀ ਸਿੱਟੀ ਹੋਈ ਆ ਥੱਲੇ ਸੁੱਕ, ਸਾਰੇ ਚੀਜ਼ ਸਿੱਟੀ ਆ, ਲਗਭਗ ਕੋਈ ਥਾਂ ਨਹੀਂ ਛੱਡਿਆ ਜਿੱਥੇ ਉਹ ਤੱਕਰ ਪਸ਼ੂ ਨੇ ਬੈਠਣਾ ਹੈਗਾ। ਠੀਕ ਆ, ਦੇਖੋ ਜਾਨਵਰ ਵਧੀਆ ਬਹਿੰਦੇ ਆ, ਇਹ ਜ਼ਰੂਰੀ ਹੈ ਸਿੱਟਿਆ ਕਰੋ, ਹੈ ਨਾ, ਠੰਡ ਜਿਵੇਂ ਜਿਵੇਂ ਵੱਧਦੀ ਆ ਉਵੇਂ ਉਵੇਂ ਜ਼ਰੂਰ ਸਿੱਟਿਆ ਕਰੋ। ਅਤੇ ਇੱਕ ਮੇਨ ਗੱਲ ਹੋਰ ਹੈ ਵੀ ਖੁੱਲ੍ਹਣੀਆਂ ਦੇ ਵਿੱਚ ਪਸ਼ੂ ਰੱਜ ਵੀ ਜਾਣ, ਅਤੇ ਖੁੱਲ੍ਹਣੀਆਂ ਦੇ ਵਿੱਚ ਪਿਆ ਵੀ ਹੋਵੇ ਥੋੜ੍ਹਾ ਘਣਾ, ਕਿਉਂਕਿ ਰਾਤ ਨੂੰ ਇਹਨਾਂ ਨੇ ਇਹ ਖਾਣਾ ਹੈਗਾ, ਇਹ ਖਾਂਦੇ ਆ ਰਾਤ ਨੂੰ, ਅਤੇ ਜਦੋਂ ਇਹਨਾਂ ਨੂੰ ਭੁੱਖ ਲੱਗੂਗੀ ਉਦੋਂ ਠੰਡ ਲੱਗੂਗੀ ਇਹਨਾਂ ਨੂੰ, ਤਾਂ ਕਰਕੇ ਉਦੋਂ ਇਹਨਾਂ ਨੂੰ ਖਾਣ ਨੂੰ ਕੁਛ ਨਾ ਕੁਛ ਮਿਲ ਜੇ ਮੂਹਰੋਂ ਹਰਾ ਚਾਰਾ, ਹੈ ਨਾ, ਅਤੇ ਫਿਰ ਇਹਨਾਂ ਨੂੰ ਇੰਨੀ ਠੰਡ ਨਹੀਂ ਲੱਗਦੀ, ਕਿਉਂਕਿ ਰੱਜਣਗੇ ਰੱਜ ਕੇ ਬਹਿ ਜਾਂਦੇ ਆ, ਫਿਰ ਇਹ ਭਾਫ਼ ਛੱਡਦੇ ਜਿਹੜੀ ਮੂੰਹ 'ਚੋਂ, ਉਹਦਾ ਕਰਕੇ ਜਿਹੜਾ ਇਹਨਾਂ ਦਾ ਕਮਰਾ, ਇਹਨਾਂ ਦਾ ਛੱਤੜਾ, ਉਹ ਸਾਰਾ ਨਿਗਾਸ ਨਾਲ ਨਿੱਘਾ ਹੋ ਜਾਂਦਾ, ਹੈ ਨਾ। ਅਤੇ ਇਹ ਜਿਹੜੀ ਜ਼ਰੂਰੀ ਹੈ ਇਹ ਗੱਲਬਾਤ, ਇਹ ਨੋਟ ਜ਼ਰੂਰ ਕਰਿਓ ਮੇਰਾ ਵੀਰ, ਹੈ ਨਾ, ਠੰਡ ਤੋਂ ਪਸ਼ੂਆਂ ਨੂੰ ਬਚਾ ਕੇ ਰੱਖੋ, ਪਰ ਜੇ ਕਿਰਾ ਪਸ਼ੂ ਬਿਮਾਰ ਹੋ ਗਏ ਉਦੋਂ ਬਾਅਦ ਕੁਛ ਨਹੀਂ ਬਣਨਾ। ਠੀਕ ਹੈ, ਕਿਉਂਕਿ ਠੰਡ ਬਹੁਤ ਭੈੜੀ ਠੰਡ ਹੈ, ਅਤੇ ਜਿਹੜੀ ਹਜੇ ਤੱਕਰ ਮਹਿਸੂਸ, ਜਿਹੜੀ ਆਹ ਗੱਲ ਹੁੰਦੀ ਨਾ ਆਲੇ ਰਹਿ ਜਾਣੇ, ਹੈ ਨਾ, ਪਾਸਿਆਂ ਦੇ ਜਾਣ ਕੇ ਛੱਡੇ ਹੋਏ ਆਪਾਂ, ਅਤੇ ਜਿਹੜਾ ਬਾਰ ਹਜੇ ਤੱਕਰ ਖੁੱਲ੍ਹਾ, ਕਿਉਂਕਿ ਇਹਦੇ ਵਿੱਚ ਗੋਹੇ ਤੋਂ ਇੱਕ ਗੈਸ ਬਣਦੀ ਹੈ, ਅੰਦਰੋਂ ਗੈਸ ਨਹੀਂ ਬਣਦੀ, ਫਿਰ ਇਹ ਨਿਕਲਦੀ ਰਹਿੰਦੀ ਆਟੋਮੈਟਿਕ। ਠੀਕ ਹੈ, ਨਿੱਘਾ ਇਹਨੇ ਹੋ ਜਾਣਾ, ਨਿੱਘਾ ਹੋ ਗਿਆ, ਪਸ਼ੂ ਠੰਡ ਤੋਂ ਦੂਰ ਹੋ ਗਿਆ ਆਪਣੇ, ਪਰ ਇਹਦੇ ਵਿੱਚ ਜਮ੍ਹਾਂ ਬੰਦ ਨਹੀਂ ਕਰਨਾ ਚਾਹੀਦਾ ਕਦੇ ਵੀ, ਜਿਹੜਾ ਆਪਣੇ ਕਈ ਭਰਾ ਛਤਲੇ ਨੂੰ ਪਸ਼ੂਆਂ ਵਾਲੇ ਨੂੰ, ਹੈ ਨਾ, ਜੇ ਪੰਜਾਬੀ 'ਚ ਕਹੀਏ ਸਾਰਿਆਂ ਦੇ ਸਮਝ 'ਚ ਆਜੂ, ਪਸ਼ੂਆਂ ਵਾਲੇ ਨੂੰ ਕਦੇ ਵੀ ਜਮ੍ਹਾਂ ਬੰਦ ਨਹੀਂ ਕਰਨਾ ਚਾਹੀਦਾ। ਠੀਕ ਹੈ, ਜਿਵੇਂ ਹੁਣ ਬਾਰ ਵੀ ਬੰਦ ਕਰਤਾ, ਚਾਰ ਸਪਰੇ ਵਾਲੇ ਵੀ ਬੰਦ ਹੋ ਜਾਣ, ਉਹਦਾ ਉਹ ਬੰਦ ਨਹੀਂ ਹੋਣਾ ਚਾਹੀਦਾ, ਉਹਦਾ ਕਰਕੇ ਇੱਕ ਅੰਦਰ ਗੈਸ ਬਣਦੀ ਹੈ। ਠੀਕ ਹੈ, ਉਮਸ ਵਾਲੀ ਗੈਸ ਹੁੰਦੀ ਆ, ਉਹ ਦਿਮਾਗ ਨੂੰ ਚੜ੍ਹਦੀ ਆ ਪਸ਼ੂ ਦੇ ਨੂੰ, ਕਈ ਵਾਰੀ ਤੁਸੀਂ ਦੇਖਿਆ ਹੋਊਗਾ ਪਸ਼ੂਆਂ ਨੂੰ ਇਸ ਰੋਡ 'ਤੇ ਅਟੈਕ ਹੁੰਦਾ ਹੈਗਾ। ਠੀਕ ਹੈ, ਉਹਦਾ ਕਾਰਨ ਇਹੀ ਹੁੰਦਾ ਹੈਗਾ ਵੀ ਚਾਰ ਸਪੇਰੋ ਜਦੋਂ ਬੰਦ ਹੋ ਜਾਏ, ਅਤੇ ਇੱਕ ਕੇਰਾ ਨਾ ਨੁਕਸਾਨ ਹੋਇਆ ਸੀਗਾ, ਕਿਸੇ ਭਰਾ ਦੇ ਜਾਨਵਰ ਮਰੇ ਸੀਗੇ, ਉਹ ਗਾਂਗਾ ਸਿੰਘ ਚੈਫ, ਅਤੇ ਉਹ ਏ ਸੀ ਬੰਦ ਹੋ ਗਿਆ ਸੀਗਾ, ਉਹ ਅੰਦਰ ਏ ਸੀ ਲੱਗਿਆ ਹੋਇਆ ਸੀਗਾ ਪਸ਼ੂਆਂ ਵਾਲੇ 'ਚ, ਅਤੇ ਉਹ ਏ ਸੀ ਬੰਦ ਹੋ ਗਿਆ ਸੀਗਾ, ਏ ਸੀ ਦਾ ਕਰਕੇ ਚਾਰੇ ਪਾਸਿਓਂ ਜਿਹੜਾ ਸੀਗਾ ਉਹਦਾ ਪਸ਼ੂਆਂ ਵਾਲਾ ਉਹ ਸਾਰਾ ਬੰਦ ਸੀਗਾ। ਠੀਕ ਹੈ, ਕਿਉਂਕਿ ਏ ਸੀ ਚੱਲਦਾ ਸੀਗਾ ਅੰਦਰ,
ਤਾਂ ਜਦੋਂ ਏ ਸੀ ਬੰਦ ਹੋ ਗਿਆ ਤਾਂ ਉਹਦੇ ਅੰਦਰ ਇੱਕ ਗੈਸ ਬਣ ਗਈ, ਠੀਕ ਹੈ, ਅਤੇ ਉਦੋਂ ਉਹਦਾ ਕੀ ਕਾਰਨ ਸੀਗਾ ਉਦੋਂ ਬਾਈ ਨੇ ਦੱਸਿਆ ਸੀਗਾ ਆਪਦੇ ਮੂੰਹੋਂ ਨਾ, ਕਿਉਂਕਿ ਆਪਾਂ ਇਹੋ ਜਿਹਾ ਤਜਰਬਾ ਕਦੇ ਕੀਤਾ ਨਹੀਂ, ਪਰ ਉਹ ਕਹਿੰਦਾ ਵੀ ਪੱਖੇ ਨਹੀਂ ਲੱਗੇ ਹੋਏ ਸੀਗੇ, ਨਹੀਂ ਪੱਖੇ ਲੱਗੇ ਹੁੰਦੇ ਹੈਗੇ ਜੇ ਏਸੀ ਬੰਦ ਵੀ ਹੋ ਜਾਏ ਕਹਿੰਦਾ ਵੀ ਦਿੱਕਤ ਨਹੀਂ ਆਉਂਦੀ, ਪਰ ਉਦੋਂ ਪੱਖੇ ਨਹੀਂ ਲੱਗੇ ਸੀਗੇ, ਉਹ ਗੈਸ ਤਾਂ ਬਣੀ ਅਤੇ ਸਾਰੇ ਜਿਹੜੇ ਪਸ਼ੂਆਂ ਨੂੰ ਇੱਕ ਅਟੈਕ ਵਾਲਾ ਕੰਮ ਹੋ ਗਿਆ ਅਤੇ ਪਸ਼ੂਆਂ ਦੀ ਡੈਥ ਹੋ ਗਈ ਸੀਗੀ। ਤਾਂ ਇਹ ਕਾਰਨ ਹੁੰਦਾ ਵੀ ਜ਼ਰੂਰੀ ਨਹੀਂ ਹੈਗਾ ਵੀ ਚਲੋ ਆਪਣੇ ਤਾਂ ਆਪਾਂ ਤਾਂ ਵਾਰ ਚਲਾਈ ਨਹੀਂ ਹੋਈ ਹਜੇ ਤੱਕਰ, ਫਿਰ ਵੀ ਅੱਜ ਤੁਸੀਂ ਦੇਖ ਸਕਦੇ ਹੋ ਪਹਿਲੀ ਮੈਂ ਸਹਿ ਮੂਹਰੇ ਬੈਠੀ ਜਿਹੜੀ, ਇਹ ਪੂਰਾ ਵੀ ਠੰਡੇ ਨੂੰ ਮਹਿਸੂਸ ਨਹੀਂ ਹੋ ਰਹੀ ਹਜੇ ਤੱਕਰ, ਕਿਉਂਕਿ ਥੱਲੇ ਥੱਲਿਓਂ ਕਵਰ ਹੋ ਗਿਆ ਅਤੇ ਤਾਂ ਤੋਂ ਛੱਤ ਕਵਰ ਹੀ ਹੈਗੀ ਹੈ ਨਾ, ਅਤੇ ਬਾਕੀ ਤਿੰਨ ਪਾਸਿਆਂ ਤੋਂ ਕੰਧਾ ਹੋਊਗਾ, ਜਿਹੜਾ ਬਾਹਰ ਆਪਣਾ ਇੱਧਰ ਇਕੱਲਾ ਰਹਿ ਗਿਆ, ਠੀਕ ਹੈ, ਅਤੇ ਇਹਦਾ ਕੋਈ ਚੱਕਰ ਨਹੀਂ ਹੈਗਾ ਐਡਾ, ਪੱਲੀ ਲਾਵਾਂਗੇ ਆਪਾਂ ਮੂਹਰੇ, ਪੱਲੀ ਜਾਂ ਕੁਛ ਵੀ ਲਾ ਦੇਗੇ ਕਵਰ ਕਰ ਦੇਵਾਂਗੇ ਇਹਨੂੰ, ਕਰਾਂਗੇ ਲਾਜ਼ਮੀ, ਪਰ ਜਦੋਂ ਇਹ ਕਵਰ ਕਰਾਂਗੇ ਨਾ ਉਦੋਂ ਬਾਅਦ ਇਹਦੇ ਜਿਹੜੇ ਆਹ ਹੁਣ ਤੁਸੀਂ ਦੇਖ ਰਹੇ ਹੋ ਇਹ ਆਲੇ ਖੋਲ੍ਹ ਦੇਵਾਂਗੇ ਉਦੋਂ, ਠੀਕ ਹੈ, ਉਹਦੇ ਇਹ ਆਲੇ ਖੋਲ੍ਹ ਦੇਵਾਂਗੇ ਆਪਾਂ ਠੰਡ ਦੇ ਹਿਸਾਬ ਨਾਲ। ਇਹ ਵੀ ਨਹੀਂ ਹੈ ਵੀ ਆਪਾਂ ਜਮਾਂ ਖੁੱਲ੍ਹੇ ਹੀ ਛੱਡ ਦਿਓ ਵੀ ਕੋਈ ਚੱਕਰ ਨਹੀਂ ਹੈ ਨਾ, ਅਤੇ ਠੰਡ ਦੇ ਹਿਸਾਬ ਨਾਲ ਜਿਹੋ ਜਿਹੀ ਠੰਡ ਮਹਿਸੂਸ ਕਰਦੇ ਆ ਪਸ਼ੂ ਉਸ ਹਿਸਾਬ ਨਾਲ ਰੋਸ਼ਨ ਦਾਣ ਆ ਜਿਹੜੇ ਆਪਣੇ ਉਹ ਬੰਦ ਕਰ ਦਿਓ, ਬਾਹਰ 'ਚ ਪੱਲੀ ਲਾ ਦਿਓ। ਜੇ ਠੰਡ ਨਹੀਂ ਮਹਿਸੂਸ ਕਰਦੇ ਨੋਰਮਲ ਪਸ਼ੂ ਬਹਿੰਦੇ ਰਾਤ ਨੂੰ ਦੇਖੋ ਹੁਣ 10-11 ਵਜੇ, ਅਤੇ ਹੁਣ 10-11 ਕੁ ਵਜੇ ਦੇ ਦਾ ਲਗਭਗ ਟਾਈਮ ਹੈਗਾ, ਅਤੇ ਉਸ ਹਿਸਾਬ ਨਾਲ ਮੰਨ ਕੇ ਚਲੋ ਵੀ ਆਪਾਂ ਨੂੰ ਕਵਰ ਕਰਨਾ ਚਾਹੀਦਾ, ਨਾ ਜਮਾਂ ਬੰਦ ਅਤੇ ਨਾ ਜਮਾਂ ਓਪਨ, ਕਿਉਂਕਿ ਜੇ ਠੰਡ ਜ਼ਿਆਦਾ ਮਹਿਸੂਸ ਕਰਦੇ ਪਸ਼ੂ ਤਾਂ ਆਪਾਂ ਜਮਾਂ ਓਪਨ ਛੱਡਤਾ ਉਹ ਵੀ ਕੰਮ ਗਲਤ ਹੋ ਜਾਂਦਾ, ਅਤੇ ਜੇ ਠੰਡ ਨਹੀਂ ਮਹਿਸੂਸ ਕਰਦੇ ਪਸ਼ੂ ਜਿਵੇਂ ਹੁਣ ਨੋਰਮਲ ਬੈਠੇ ਗਾਲਾ ਕਰ ਰਹੇ ਹੈਗੇ ਠੀਕ ਹੈ ਵਧੀਆ, ਅਤੇ ਉਹ ਜੇ ਆਪਾਂ ਜਮਾਂ ਬੰਦ ਕਰ ਦਿਆਂਗੇ ਫਿਰ ਵੀ ਨੁਕਸਾਨ ਆਪਾਂ, ਹੈ ਨਾ, ਅਤੇ ਇਹ ਚੀਜ਼ਾਂ ਥੋੜ੍ਹੀਆਂ ਜਿਹਾ ਨੋਟ ਜ਼ਰੂਰ ਰੱਖਿਆ ਕਰੋ, ਅਤੇ ਲਾਈਕ ਜ਼ਰੂਰ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ, ਹੈ ਨਾ। ਅਤੇ ਇੱਕ ਹੋਰ ਹੈ ਜਿਵੇਂ ਥੋੜ੍ਹਾ ਜਿਹਾ ਆਪਦਾ ਕਿਰਾਂ ਸੁੱਕਾ ਜ਼ਰੂਰ ਕਰਦਿਆ ਕਰੋ, ਹੈ ਨਾ, ਹੁਣ ਤਾਂ ਮੀਂਹ ਪੈਂਦਾ ਕਰਕੇ 3-4 ਦਿਨ ਅੰਦਰੋਂ ਅੰਦਰ ਹੀ ਰਹੇ ਆਪਣੇ ਪਸ਼ੂ, ਆਪਾਂ ਬਾਹਰ ਨਹੀਂ ਕੱਢੇ, ਅੱਜ ਬਾਹਰ ਕੱਢੇ ਸੀਗੇ ਅਤੇ ਅੱਜ ਅੰਦਰੋਂ ਥਾਂ ਸੁਕਾ ਕੇ ਸੁੱਕ ਖਿਲਾਰੀ ਹੈਗੀ, ਅਤੇ ਸੁੱਕ ਦਾ ਮੇਨ ਕਾਰਨ ਹੈ ਜਿਹੜਾ ਵੀਡੀਓ ਦਾ ਉਹ ਇਹੀ ਹੈ ਵੀ ਸੁੱਕ ਦਾ ਆਪਾਂ ਦੱਸਣਾ ਸੀਗਾ ਬਾਈਆਂ ਨੂੰ, ਕਈ ਵੀਰ ਸੁੱਕ ਨਹੀਂ ਛੱਡਦੇ, ਹੈ ਨਾ, ਦੇਖਿਆ ਮੈਂ ਇਹ ਗੱਲਬਾਤ ਹੁੰਦੀ ਆ, ਉਹ ਕਹਿੰਦੇ ਸੁੱਕ ਨਹੀਂ ਛੱਡਦੇ ਕਹਿੰਦੇ, ਅਤੇ ਪਰ ਆਪਾਂ ਇੰਨੀ ਇੰਨੀ ਮੋਟੀ ਸੁੱਕ ਛੱਡਦੇ ਹਾਂਗੇ, ਸੁੱਕੀ ਸੁੱਕ ਜਮਾਂ ਤੂੜੀ ਕਹਿ ਸਕਦੇ ਹਾਂ, ਤੂੜੀ ਹੈ ਆਪਣੀ, ਠੀਕ ਹੈ। ਇਹ ਤੂੜੀ ਦਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਕਿਹੜੀ ਤੂੜੀ ਸੁੱਟਣੀ ਆਪਾਂ, ਕਿਉਂਕਿ ਤੂੜੀ ਵੀ ਮਹਿੰਗੀ ਹੈ ਹੁਣ, ਹੈ ਨਾ, ਤੂੜੀ ਮਹਿੰਗੀ ਹੈ, ਪਰ ਉਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਨਵੀਂ ਤੂੜੀ ਸੁੱਟਾਂਗੇ, ਜਾਂ ਤਾਂ ਜਿਹੜੀ ਆਪਣੀ ਤੂੜੀ ਪਿਛਲੇ ਸਾਲ ਦੀ ਖਰਾਬ ਹੋ ਗਈ ਆਪਾਂ ਨੂੰ ਉਹ ਰੱਖਣੀ ਪਊ ਸਟੋਰ ਕਰਕੇ, ਠੀਕ ਹੈ, ਉਹ ਸਟੋਰ ਕਰਕੇ ਰੱਖਣੀ ਪਊ ਕਿਤੇ ਪਾਸੇ, ਅਤੇ ਉਹ ਤੋਂ ਆਪਾਂ ਦੋ ਕੰਮ ਲੈ ਸਕਦੇ ਹਾਂ, ਜਿਹੜੀ ਤੂੜੀ ਪਾਸੇ ਐਸੇ ਖੁੰਜਾਂ 'ਚ ਕੰਧਾਂ ਦੇ ਨਾਲ ਗਲ ਜਾਂਦੀ ਹੈ, ਜਾਂ ਜਿਹੜੀ ਦੇ ਵਿੱਚ ਰੇਤਾ ਜ਼ਿਆਦਾ ਹੁੰਦਾ ਹੈਗਾ, ਰੀਣ ਵੱਧ ਹੁੰਦੀ ਹੈ, ਜਾਂ ਕਿਤੇ ਨਾ ਕਿਤੇ ਖਰਾਬ ਹੁੰਦੀ ਹੈ, ਹੈ ਨਾ, ਸਾਰੇ ਦੇਖਦੇ ਹੋਗੇ ਵੀ ਆਪਾਂ ਖਰਾਬ ਹੋ ਜਾਂਦੀ ਆ ਉਹ, ਅਤੇ ਉਹ ਤੂੜੀ ਨੂੰ ਆਪਾਂ ਅੱਡ ਕੱਢ ਸਕਦੇ ਹੈਗੇ, ਅੱਡ ਕੱਢ ਲਓ, ਗਰਮੀਆਂ ਦੇ ਵਿੱਚ ਪਈ ਹੈ ਆਪਣੇ ਕੋਲ ਤਾਂ ਉਹਦੀ ਆਪਾਂ ਧੂੰਗਾਂ ਪਾ ਸਕਦੇ ਹਾਂ, ਮੱਛਰ ਨਹੀਂ ਨੇੜੇ ਆਉਣਾ, ਸਿਆਲਾਂ ਦੇ ਵਿੱਚ ਆਪਾਂ ਥੱਲੇ ਸੁੱਕ ਖਿਲਾਰ ਦਿਓ, ਜਿੰਨੀ ਕੁ ਤੁਹਾਡੇ ਕੋਲ ਹੈਗੀ ਆ ਉਸ ਹਿਸਾਬ ਨਾਲ ਸੁੱਟੋ, ਠੀਕ ਹੈ। ਪਰਾਲੀ ਉੱਨੀ ਜ਼ਿਆਦਾ ਕਾਮਯਾਬ ਨਹੀਂ ਜੇ ਆਪਾਂ ਆਖੀਏ ਵੀ ਪਰਾਲੀ ਸੁੱਟ ਦਿਓ, ਪਰ ਜੇ ਪਰਾਲੀ ਕੁਤਰ ਕੇ ਆਪਾਂ ਦੇਖੀ ਨਹੀਂ ਕਦੇ ਸੁੱਟ ਕੇ ਜਿਹੜੀ ਝੋਨੇ ਦੀ ਹੁੰਦੀ ਹੈ, ਤਾਂ ਹੋ ਸਕਦਾ ਉਹ ਕੁਤਰੀ ਹੋਈ ਕੰਮ ਵਧੀਆ ਕਰ ਜੇ, ਹੋ ਸਕਦਾ ਪਰਾਲੀ ਵੀ ਸਹੀ ਕੰਮ ਕਰ ਜੇ, ਪਰ ਜਿਹੜੀ ਆਹ ਚੀਜ਼ ਹੈ ਇਹ ਤਾਂ 101% ਸਹੀ ਹੈ ਜਮਾਂ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਨਿੱਘੀ ਬਹੁਤ ਹੋ ਜਾਂਦੀ ਜਿਹੋ ਜਿਹੀ ਪਸ਼ੂਆਂ ਨੂੰ ਧੂਈ ਪਾਤੀ, ਜਿਹੋ ਜਿਹੀ ਨਿੱਘੀ ਹੋ ਗਈ ਆਪਾਂ ਇਹ ਸੁੱਟਤੀ, ਹੈ ਨਾ, ਇਹ ਨਿੱਘੀ ਹੋ ਜਾਂਦੀ ਹੈ। ਅਤੇ ਆਹ ਜਿਹੜਾ ਬਲਬ ਹੈਗਾ 100 ਵਾਟ ਦਾ ਜਿਹੜਾ ਬਲਬ ਆਪਾਂ ਕਹਿੰਦੇ ਹੁੰਦੇ ਪੰਜਾਬੀ 'ਚ ਵੱਡਾ ਬਲਬ, ਇਹ ਵੀ ਬਹੁਤ ਜ਼ਿਆਦਾ ਕੰਮ ਕਰਦਾ, ਠੀਕ ਹੈ, ਇਹਨੂੰ ਚਲੋ ਇਹ ਤਾਂ ਥੋੜ੍ਹਾ ਜਿਹਾ ਦੂਰ ਹੈ ਅਤੇ ਇਹ ਬਾਹਰ 'ਚ ਤਾਂ ਹੀ ਲਾਇਆ ਹੋਇਆ ਵੀ ਇੱਧਰੋਂ ਠੰਡ ਆਉਂਦੀ ਹੈ, ਬਾਹਰ 'ਚ ਇਹ ਲੱਗ ਗਿਆ ਅਤੇ ਇੱਥੋਂ ਨਿਘਾਸ ਹੋਣੀ ਹੈ, ਇੱਥੇ ਠੰਡ ਹੋਣੀ ਹੈ ਅਤੇ ਇੱਥੇ ਇਹਦਾ ਕਰਕੇ ਨਿਘਾਸ ਹੋ ਗਈ, ਠੀਕ ਹੈ। ਅਤੇ ਪਹਿਲੀ ਮੈਂ ਤੁਹਾਡੇ ਸਾਹਮਣੇ ਹੈ ਵਧੀਆ, ਕੋਈ ਮਤਲਬ ਨਹੀਂ ਇਹਨੂੰ ਠੰਡ ਦਾ, ਹੈ ਨਾ। ਅਤੇ ਇਹ ਮੱਝ ਦਾ ਦੁੱਧ ਵੀ ਬਹੁਤ ਹੈਗਾ, ਹੈ ਨਾ, ਵੀ ਕਈ ਵਾਰ ਆਖਣਗੇ ਖੁੱਲ੍ਹੇ ਜਿਹੇ ਸੰਘਾਲੀ ਹੈ, ਬਹੁਤ ਜ਼ਿਆਦਾ ਦੁੱਧ ਹੈ ਮੈਂ ਦਾ, ਉਹ ਕਦੇ ਤੁਹਾਨੂੰ ਫਿਰ ਦਿਖਾਵਾਂਗੇ। ਪਹਿਲੀ ਵਾਰ ਪਸ਼ੂਆਂ ਦੀ ਥੋੜ੍ਹੀ ਜਿਹੀ ਆਪਣੀ ਵੀਡੀਓ ਆਈ ਹੈ ਨਾ, ਅਤੇ ਉਹ ਵੀਡੀਓ ਬਣਾਉਣ ਦਾ ਕਾਰਨ ਵੀ ਇਕੱਲਾ ਮਕਸਦ ਆਪਣਾ ਇਹੀ ਹੈ ਪਸ਼ੂ ਦਿਖਾਉਣੇ ਨਹੀਂ, ਅਤੇ ਇਹੀ ਮਕਸਦ ਆਪਣਾ ਵੀ ਠੰਡ ਤੋਂ ਬਚਾਓ,
ਜਿਹੜੇ ਭਰਾ ਹਜੇ ਵੀ ਧਿਆਨ ਨਹੀਂ ਦਿੰਦੇ, ਜ਼ਿਆਦਾਤਰ ਤਾਂ ਅੰਦਰ ਰੱਖੋ, ਜੇ ਦਿਨੇ ਧੁੱਪ ਨਿਕਲਦੀ ਹੈ ਤਾਂ ਬਾਹਰ ਕੱਢੋ, ਹੈ ਨਾ। ਆਪਣੇ ਕੋਲ ਦੋ ਤਿੰਨ ਜਗ੍ਹਾ ਬਣੀਆਂ ਹੋਈਆਂ ਪਸ਼ੂ ਬਾਹਰ ਕੱਢਣ ਵਾਸਤੇ, ਪਰ ਜ਼ਿਆਦਾਤਰ ਆਪਣੇ ਅੰਦਰ ਹੀ ਰਹਿੰਦੇ। ਜਦੋਂ ਠੰਡ ਹੋਵੇ ਉਦੋਂ, ਜਦੋਂ ਮੀਂਹ ਪੈਂਦਾ ਉਦੋਂ ਇੱਥੇ, ਜਦੋਂ ਮੀਂਹ ਨਹੀਂ ਪੈਂਦਾ ਅਤੇ ਠੰਡ ਘੱਟ ਜਾਂਦੀ ਹੈ ਉਦੋਂ ਅੱਗੇ ਬਾਹਰ ਕੱਢ ਦਈ ਦੀ ਹੈ, ਅਤੇ ਜੇ ਧੁੱਪ ਹੋਵੇ ਤਾਂ ਜਮਾਂ ਬਾਹਰ ਕੱਢ ਦਈ ਦੀ ਹੈ। ਅਤੇ ਉਹਦਾ ਕਰਕੇ ਪਸ਼ੂ ਰਿਲੈਕਸ ਰਹਿੰਦੇ, ਹੈ ਨਾ। ਇਹਦਾ ਕਰਕੇ ਇੱਕ ਹੋਰ ਸੁੱਖ ਹੈ ਇਹਦਾ ਵੀ, ਇਹਦੇ ਥੱਲੇ ਚਿੱਕੜ ਜਿਹੜਾ ਚੀਲਾ ਨਹੀਂ ਬਣਦਾ, ਅਤੇ ਆਹ ਸੁੱਕਾ ਹੀ ਪਿਆ ਗਾ ਲਗਭਗ, ਤੁਹਾਨੂੰ ਸਾਹਮਣੇ ਹੀ ਪਿਆ ਜਮਾ, ਹੈ ਨਾ। ਅਤੇ ਇਹਦੇ ਪੈਰ ਨਹੀਂ ਖਰਾਬ ਹੁੰਦੇ ਪਸ਼ੂਆਂ ਦੇ, ਇਹਦੇ ਕਰਕੇ ਬਿਲਕੁਲ ਵੀ ਪੈਰ ਨਹੀਂ ਖਰਾਬ ਹੋਣਗੇ, ਨਹੀਂ ਤਾਂ ਪੈਰ ਗਲ ਜਾਂਦੇ ਆ। ਆਪਣੇ ਕੋਲ ਪਸ਼ੂ ਥੋੜ੍ਹੇ ਹੈਗੇ, ਥੋੜ੍ਹੇ ਜਾਣ ਕੇ ਰੱਖੇ ਹੋਏ ਹੈਗੇ, ਹੈ ਨਾ, ਥੋੜ੍ਹੇ ਆ। ਥੋੜ੍ਹਿਆਂ ਦਾ ਕਾਰਨ ਇਹੀ ਹੈ ਵੀ ਇਹ ਜ਼ਿਆਦਾ ਚਰਗਲ ਜਾਣੀ ਹੁੰਦਾ ਅੰਦਰ, ਅਤੇ ਜਿਹਨੇ ਜਿਹੜੇ ਭਰਾਵਾਂ ਕੋਲ ਪਸ਼ੂ ਜ਼ਿਆਦਾ ਹੈ ਉਹ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣ, ਹੈ ਨਾ, ਕਿਉਂਕਿ ਉਹਨਾਂ ਦੇ ਪਸ਼ੂਆਂ ਦੇ ਨਾ ਪੈਰ ਖਰਾਬ ਹੁੰਦੇ ਆ ਅੰਦਰੋਂ। ਅਤੇ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਬਾਈ, ਆਹ ਦੇਖੋ ਇਹਨਾਂ ਨੇ ਮੂਹਰੇ ਵੀ ਨੀਰਾ ਜਰਾ ਜਿਹਾ ਪਿਆ ਹੁੰਦਾ ਹਰਾ ਤੂੜੀ, ਹੈ ਨਾ, ਜਿੰਨੀ ਜੋ ਜੋ ਵੀ ਕੁਛ ਹੋਵੇ। ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ, ਅਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ, ਫਿਰ ਜਿੰਨੀ ਕੁ ਆਪਾਂ ਨੂੰ ਮਹਿਸੂਸ ਹੁੰਦਾ ਯਾਰ ਉਸ ਹਿਸਾਬ ਨਾਲ ਆਪਾਂ ਨਾ ਇੱਥੇ ਆ ਕੇ ਤਾਂ ਨਿਘਾਸ ਹੁੰਦੀ ਹੈ, ਇੱਥੋਂ ਨਿਕਲਣ ਨੂੰ ਜੀ ਨਹੀਂ ਕਰਦਾ, ਹੈ ਨਾ। ਸਾਰੇ ਭਰਾ ਇਹ ਚੀਜ਼ਾਂ ਨੋਟ ਕਰਦੇ ਹੋ ਤੁਸੀਂ, ਮੈਨੂੰ ਪਤਾ ਜਿਹੜੇ ਭਰਾ ਪਸ਼ੂ ਰੱਖਦੇ ਆ ਸ਼ੌਂਕ ਰੱਖਦੇ ਆ, ਪਰ ਰਾਤ ਨੂੰ ਜ਼ਰੂਰ ਇੱਕ ਇਹੋ ਜਿਹੇ ਵੇਲੇ ਰਾਤ ਨੂੰ 10-11 ਵਜੇ ਦੇਖਣ ਦਾ ਕਾਰਨ ਹੋਰ ਹੁੰਦਾ। ਤਿੰਨੇ ਚਾਰੇ ਪਸ਼ੂ ਬੈਠੇ ਆਪਣੇ, ਲਗਭਗ ਸਾਰੇ ਪਸ਼ੂ ਆਪਣੇ ਬੈਠੇ, ਹੈ ਨਾ, ਇਹ ਵੇਲੇ ਚੈੱਕ ਕਰਨ ਦਾ ਕੀ ਕਾਰਨ ਹੁੰਦਾ। ਇਹ ਵੇਲੇ ਆ ਕੇ ਤੁਸੀਂ 10-11 ਵਜੇ ਦੇਖਿਆ ਕਰੋ ਰਾਤ ਨੂੰ, ਜੇ ਕੋਈ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਉਣ ਵਾਲਾ, ਠੀਕ ਹੈ, ਉਹ ਇਹੋ ਜਿਹੇ ਵੇਲੇ ਤਾਰਾਂ ਦੇਊਗਾ। ਕਈ ਭਰਾ ਕਹਿੰਦੇ ਨਾ ਹੀਟ 'ਚ ਆ ਗਿਆ ਪਸ਼ੂ ਅਤੇ ਮੈਨੂੰ ਸਾਨੂੰ ਪਤਾ ਨਹੀਂ ਲੱਗਿਆ ਉਸਦਾ, ਹੈ ਨਾ, ਜਿਵੇਂ ਆਪ ਪਸ਼ੂ ਬੈਠੇ ਹੈਗੇ ਇਹੋ ਜਿਹੇ ਵੇਲੇ ਜਦੋਂ ਆ ਕੇ ਤੁਸੀਂ ਦੇਖੋਗੇ ਨਾ ਰਾਤ ਨੂੰ, ਠੀਕ ਹੈ, ਅਤੇ ਉਹ ਹੀਟ ਦੇ ਵਿੱਚ ਜਿਹੜਾ ਪਸ਼ੂ ਵੀ ਆਇਆ ਹੋਊਗਾ, ਠੀਕ ਹੈ, ਉਹ ਤਾਰਾਂ ਦੇਊਗਾ, ਇਹੋ ਜਿਹੇ ਵੇਲੇ ਦੇਊਗਾ ਤਾਰਾਂ, ਠੀਕ ਹੈ, ਇਦੋਂ ਪਹਿਲਾਂ ਨਹੀਂ ਜਾਂ ਇਦੋਂ ਲੇਟ ਤੱਕਰ ਵੀ ਆਹ 10-11 ਦਾ ਜਿਹੜਾ ਟਾਈਮ ਹੁੰਦਾ ਰਾਤ ਨੂੰ ਉਦੋਂ ਪਸ਼ੂ ਬਹਿੰਦਾ ਹੈਗਾ, ਬਹਿੰਦੇ ਹੀ ਬਹਿੰਦਾ 100%, ਠੀਕ ਹੈ। ਅਤੇ ਨਾਲੇ ਜੇ ਕੋਈ ਬਿਮਾਰ ਠਮਾਰ ਹੈ ਤੁਹਾਨੂੰ ਇਹੋ ਜਿਹੇ ਵੇਲੇ ਪਤਾ ਲੱਗੂ, ਇੱਕ ਗੇੜਾ ਜ਼ਰੂਰ ਮਾਰਿਆ ਕਰੋ, ਕੋਈ ਠੰਡ ਮੰਨਦਾ, ਕੋਈ ਬਿਮਾਰ ਹੈ, ਪਸ਼ੂ ਘੱਟ ਖਾਧਾ, ਅਤੇ ਉਹ ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗੂਗਾ। ਦੂਜਾ, ਜੇ ਕੋਈ ਪਸ਼ੂ ਹੀਟ ਦੇ ਵਿੱਚ ਆਉਂਦਾ, ਸਾਈਲੈਂਟ ਹੀਟ ਹੈ, ਕਈ ਵਾਰੀ ਰਾਤ ਨੂੰ ਕਈ ਪਸ਼ੂ ਕੀ ਕਰਦੇ ਆ, ਥੋੜ੍ਹੀਆਂ ਤਾਰਾਂ ਦਿੰਦੇ ਆ, ਰਾਤ ਰਾਤ ਨੂੰ ਤਾਰਾਂ ਦੇ ਖੇਡ ਜਾਂਦੇ ਆ, ਤੜਕੇ ਜਦੋਂ ਆਪਾਂ ਦੇਖਦੇ ਹਾਂ ਆਪਾਂ ਨੂੰ ਪਤਾ ਹੀ ਲੱਗਦਾ ਹੁੰਦਾ, ਉਹ ਸਾਈਲੈਂਟ ਹੀਟ ਦੇ ਵਿੱਚ ਹੀ ਗਿਣਿਆ ਜਾਂਦਾ ਹੈਗਾ, ਠੀਕ ਹੈ। ਜੇ ਤੁਸੀਂ ਉਹ ਦੂਜੇ ਦਿਨ ਏ ਆਈ ਕਰਾ ਦਿਓਗੇ ਉਹਦੀ, ਤਾਂ ਉਹ ਕਨਸੀਵ ਕਰ ਜਾਂਦੇ ਆ ਪਸ਼ੂ, ਠੀਕ ਹੈ, ਪਰ ਇਹ ਜਿਹੇ ਵੇਲੇ ਆ ਕੇ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਪਸ਼ੂ ਤਾਰਾਂ ਦੇ ਰਹੇ ਹੈਗੇ, ਜਿਹੜੇ ਪਸ਼ੂ ਸਾਈਲੈਂਟ ਹੀਟ ਵਾਲੇ ਖਾਸ ਕਰ ਜਿਹੜੇ ਵੀਰਾਂ ਕੋਲ ਹੈਗੇ ਆ, ਜਿਹੜੇ ਰੇਂਗਦੇ ਨਹੀਂ, ਉਹ ਜ਼ਰੂਰ ਧਿਆਨ ਦਿਆ ਕਰੋ ਇਸ ਚੀਜ਼ ਵੱਲੀ। ਅਤੇ 10-11 ਵਜੇ ਤੁਸੀਂ ਨੋਟ ਕਰਿਓ ਇਹ ਤਜਰਬਾ, ਜਿਹੜਾ ਕਰਕੇ ਵੇਖੋ ਆਪਦੇ ਘਰ ਪਸ਼ੂਆਂ 'ਤੇ, ਉਦੋਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗੂਗਾ ਵੀ ਹਾਂ ਬਾਕੀ ਤਾਰਾਂ ਦਿੰਦਾ ਜਿਹੜਾ ਪਸ਼ੂ ਨੇ ਹੀਟ ਦੇ ਵਿੱਚ ਆਉਣਾ, ਉਹ 10-11 ਵਜੇ ਤਾਰਾਂ ਦੇਊਗਾ ਰਾਤ ਨੂੰ। ਅਤੇ ਬਹੁਤ ਬਹੁਤ ਬਾਈ ਧੰਨਵਾਦ ਸਾਰਿਆਂ ਦਾ, ਬਾਕੀ ਜ਼ਰੂਰੀ ਗੱਲਾਂ ਜਿਹੜੀਆਂ ਹੋਰ ਹੋਣਗੀਆਂ ਕਰਦੇ ਰਹਾਂਗੇ ਤੁਹਾਡੇ ਨਾਲ। ਇੱਕ ਗੁੜ ਜ਼ਰੂਰ ਪਾ ਦਿਆ ਕਰੋ ਪਸ਼ੂਆਂ ਨੂੰ, ਹੈ ਨਾ, ਰਾਤ ਨੂੰ ਜਦੋਂ ਆਪ ਫਰੀ 'ਚ ਹੋਊਂਗੇ ਤੁਸੀਂ, ਪੈਣ ਲੱਗੋਗੇ ਜਾਂ ਉਦੋਂ ਗੁੜ ਜ਼ਰੂਰ ਸੁੱਟ ਦਿਆ ਕਰੋ, ਬੈਠਿਆਂ ਨੂੰ ਨਾ ਉਠਾਇਆ ਕਰੋ, ਪਰ ਉਦੋਂ ਪਹਿਲਾਂ ਜਦੋਂ ਪਸ਼ੂ ਖੜ੍ਹੇ ਹੁੰਦੇ ਹੈਗੇ ਉਦੋਂ ਨੀਰਾ ਚਾਰਾ ਖਾ ਲੈਣਾ, ਥੋੜ੍ਹਾ ਥੋੜ੍ਹਾ ਗੁੜ ਜ਼ਰੂਰ ਪਾ ਦਿਆ ਕਰੋ ਸਾਰਿਆਂ ਨੂੰ, ਹੈ ਨਾ। ਅਤੇ ਬਸ ਧੰਨਵਾਦ ਬਾਈ ਸਾਰਿਆਂ ਦਾ, ਸ਼ੇਅਰ ਕਰਿਓ ਵੀਡੀਓ ਨੂੰ ਅਤੇ ਕਮੈਂਟ ਜ਼ਰੂਰ ਕਰਿਓ, ਕਿਉਂਕਿ ਕਮੈਂਟਾਂ 'ਚ ਗੱਲਾਂ ਬਾਤਾਂ ਦਾ ਪਤਾ ਲੱਗ ਜਾਂਦਾ, ਹੈ ਨਾ, ਕਈ ਭਰਾਵਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਨਹੀਂ ਲੱਗਦੀ ਹੈ, ਕੁਛ ਪੁੱਛਣਾ ਦੱਸਣਾ ਹੋਵੇ, ਚਾਹੇ ਜੇ ਆਪਾਂ ਨੂੰ ਜਾਣਕਾਰੀ ਹੈ ਆਪਾਂ ਆਪਦੇ ਕੋਲੋਂ ਜਾਣਕਾਰੀ ਦੇਵਾਂਗੇ, ਨਹੀਂ ਕਿਸੇ ਤੋਂ ਪੁੱਛ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਅਤੇ ਗਰੁੱਪ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਜਿਵੇਂ ਆਪਣੀਆਂ, ਉਵੇਂ ਆਪਾਂ ਕਮੈਂਟ ਦੇ ਵਿੱਚ ਵੀ ਕਰ ਸਕਦੇ ਹਾਂ, ਕੋਈ ਚੱਕਰ ਨਹੀਂ, ਹੈ ਨਾ। ਅਤੇ ਧੰਨਵਾਦ ਬਾਈ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ।